ਮਾਲਵਾ ਖੇਤਰ ਵਿੱਚ ਸਭ ਤੋਂ ਜ਼ਿਆਦਾ ਕਾਲੇ ਪੀਲੀਏ ਦੇ ਮਰੀਜ਼ ਜ਼ਿਲ੍ਹਾ ਸੰਗਰੂਰ ਵਿੱਚ ਹੈ। ਸੰਗਰੂਰ ਵਿੱਚ ਹੀ 4500 ਤੋਂ ਜ਼ਿਆਦਾ ਕਾਲਾ ਪੀਲੀਏ ਦੇ ਮਰੀਜ਼ ਹਨ। ਉੱਥੇ ਹੀ ਪੰਜਾਬ ਅਤੇ ਪੂਰੇ ਭਾਰਤ ਦੇਸ਼ ਦੇ ਵਿੱਚ ਪੰਜਾਬ ਇੱਕ ਅਜਿਹਾ ਰਾਜ ਹੈ ਜਿੱਥੇ ਕਾਲੇ ਪੀਲੀਏ ਦੀ ਦਵਾ ਮੁਫਤ ਦੇ ਰਿਹਾ ਹੈ। ਡਾਕਟਰ ਮੰਨਦੇ ਹਨ ਕਿ ਬਿਮਾਰੀ ਇਸਤੇਮਾਲ ਕੀਤੀ ਹੋਈ ਨੀਡਲ ਅਤੇ ਦੂਸ਼ਿਤ ਖੂਨ ਤੋਂ ਹੁੰਦੀ ਹੈ। ਸੀ ਜਿਹਨੂੰ ਆਮ ਭਾਸ਼ਾ 'ਚ ਆਪਾਂ ਕਾਲਾ ਪੀਲੀਆ ਕਹਿੰਦੇ ਹਾਂ, ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈਗਾ ਕਿ ਪੰਜਾਬ ਇਕੱਲਾ ਸਟੇਟ ਹੈਗਾ ਪੂਰੇ ਹਿੰਦੁਸਤਾਨ 'ਚ ਜਿੱਥੇ ਇਹਦਾ ਫਰੀ ਟ੍ਰੀਟਮੈਂਟ ਮਿਲਦਾ। ਪਹਿਲਾਂ ਇਹਦੇ ਪੇਸ਼ੈਂਟ ਇਹਦੇ ਟ੍ਰੀਟਮੈਂਟ ਤੋਂ ਬੜੇ ਵਾਂਝੇ ਰਹਿ ਜਾਂਦੇ ਸੀ, ਬਿਕੋਜ਼ ਇਹਦਾ ਪੂਰਾ ਕੋਰਸ ਜੇ ਆਪਾਂ ਲਾਈਏ ਤਾਂ 50,000 ਤੋਂ ਲੈ ਕੇ 1,00,000 ਰੁਪਏ ਤੱਕ ਦੀ ਇਹਦੀ ਦਵਾਈ ਹੈ। ਅਤੇ ਪਿਛਲੇ ਜੂਨ ਤੋਂ ਇਹ ਪੰਜਾਬ ਸਟੇਟ ਇਸ ਨੂੰ ਫਰੀ ਟ੍ਰੀਟ ਕਰ ਰਹੀ ਹੈ, ਔਰ ਜੋ ਮੌਜੂਦਾ ਅੰਕੜੇ ਆ ਉਹਦੇ ਮੁਤਾਬਿਕ 32,000 ਤੋਂ ਵੱਧ ਮਰੀਜ਼ਾਂ ਦਾ ਟ੍ਰੀਟਮੈਂਟ ਪੂਰੇ ਪੰਜਾਬ 'ਚ ਪੈ ਚੁੱਕਿਆ। 3 ਸਾਲ ਤੋਂ ਦਵਾਈ ਚੱਲ ਰਹੀ ਹੈ, 3 ਸਾਲ ਤੋਂ ਜੀ DMC 'ਚੋਂ ਕਾਲੇ ਪੀਲੀ ਦੀ। ਅਤੇ ਹੁਣ ਅਸੀਂ ਘਾਲ ਦਾ PGI ਜਿਹੜਾ ਨਵਾਂ PGI ਖੋਲਿਆ, ਉਹਨਾਂ ਨੇ ਸਾਨੂੰ ਦੱਸ ਪਾਈ ਵੀ ਇੱਥੇ ਸੰਗਰੂਰ ਤੋਂ ਤੁਸੀਂ ਦਵਾਈ ਲਓ, ਫਰੀ ਇਲਾਜ ਹੋਊਗਾ ਤੁਹਾਡਾ। ਅਤੇ ਅਸੀਂ ਹੁਣ 2-3 ਦਿਨ ਆਉਂਦੇ ਹੋ ਗਏ, ਸਾਨੂੰ ਦਵਾਈ ਅੱਜ ਮਿਲੀ ਜੀ, ਫਰੀ ਦਵਾਈ ਮਿਲੀ ਜੀ। ਪਹਿਲਾਂ ਕਿੰਨਾ ਖਰਚਾ ਆ ਗਿਆ ਤੁਹਾਡੇ? ਪਹਿਲਾਂ ਖਰਚਾ 1-1.5 ਲੱਖ ਰੁਪਏ ਖਰਚ ਆ ਗਿਆ ਜੀ ਲੁਧਿਆਣੇ DMC ਜੀ। ਕਾਲੇ ਪੀਲੀਏ ਨਾਲ ਮੇਰੇ ਜਾਣੀ ਫਾਦਰ ਸਾਹਿਬ ਦੇ ਅੰਦਰ ਪਾਣੀ, ਪੇਟ 'ਚ ਪਾਣੀ ਵੀ ਬਣਦਾ, ਗੁਰਦਿਆਂ ਨੂੰ ਪ੍ਰੋਬਲਮ, ਲੀਵਰ ਨੂੰ ਪ੍ਰੋਬਲਮ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।